ਹਾਂਜੀ ਆਪਾਂ ਇਸ ਵੇਲੇ ਚੱਲਦੇ ਪਏ ਹਾਂ ਲਾਸ ਵੇਗਸ ਸ਼ਹਿਰ ਦੇ ਵਿੱਚ ਹਾਂ ਆਪਾਂ ਇਸ ਵੇਲੇ ਤੇ ਆਹ ਸਟਰੀਟ ਤੇ ਆਪਾਂ ਤੁਰਦੇ ਪਏ ਇਹਦਾ ਨਾਂ ਆ ਸਟ੍ਰਿਪ ਸਟ੍ਰਿਪ ਇਹਨੂੰ ਕਹਿੰਦੇ ਆ ਸਟ੍ਰਿਪ ਦਾ ਮੀਨਸ ਹੁੰਦਾ ਵੀ ਕੱਪੜੇ ਲਾ ਦਿੰਦੇ ਆਪਣੇ ਉਹਦਾ ਸਟ੍ਰਿਪ ਦਾ ਮੀਨਸ ਇਹ ਹੁੰਦਾ ਇਹਨੂੰ ਸਟ੍ਰਿਪ ਸਟਰੀਟ ਕਹਿੰਦੇ ਆ ਓਕੇ ਸਭ ਤੋਂ ਪਹਿਲਾਂ ਇਹ ਸ਼ਹਿਰ ਬਣਾਇਆ ਵਾ ਸ਼ੇਖਾਂ ਨੇ ਜੇ ਡਬਈ ਦੇ ਸ਼ੇਖ ਨਾ ਡਬਈ ਦੇ ਤੇ ਸਾਊਦੀ ਅਰਬ ਦੇ ਓਮਾਨ ਦੇ ਮੀਨਸ ਗਲਫ ਦੇ ਰਾਜੇ ਆ ਨਾ ਉਹਨਾਂ ਨੇ ਇਹ ਸ਼ਹਿਰ ਵਸਾਇਆ ਵਾ ਇਹ ਸ਼ਹਿਰ ਜਿਹੜਾ ਨਾ ਇਹ ਵਸਿਆ ਹੋਇਆ ਵਾ ਰੇਗਿਸਤਾਨ ਦੇ ਵਿੱਚ ਆਸੇ ਪਾਸੇ ਰੇਤ ਹੀ ਰੇਤ ਆ ਮੀਨਸ ਰਤੀਲੇ ਪਹਾੜ ਆ ਕੋਈ ਜਿਹੜੇ ਸ਼ੇਖ ਆ ਉਹ ਉੱਥੇ ਰਹਿੰਦੇ ਆ ਉਹ ਲਾਈਕ ਕਰਦੇ ਆ ਰੇਤ ਵਾਲਾ ਮੌਸਮ ਕਿਉਂਕਿ ਉੱਥੇ ਉਹਨਾਂ ਜਿਹੜੀ ਕੰਟਰੀਆਂ ਡਰਾਈ ਕੰਟਰੀਆਂ ਵਾ ਇਸ ਕਰਕੇ ਇਹ ਬਣਾਇਆ ਗਿਆ ਵਾ ਡੈਜ਼ਰਟ ਦੇ ਵਿੱਚ ਇੱਥੇ ਜਿੰਨਾ ਵੀ ਪੈਸਾ ਲੱਗਾ ਜਿੰਨੇ ਬਿਲਡਿੰਗਾਂ ਵੇਚ ਦੇਣੇ ਸਾਰਿਆਂ ਦੇ ਮਾਲਕ ਸ਼ੇਖ ਨੇ ਵੱਡੇ ਵੱਡੇ ਸ਼ੇਖ ਉਹਨਾਂ ਨੇ ਇੱਥੇ ਅਮੈਰੀਕਾ ਵਿੱਚ ਸ਼ਹਿਰ ਕਿਉਂ ਵਸਾਇਆ ਆਪਣੇ ਫਨ ਵਾਸਤੇ ਆਪਣੇ ਟਾਈਮ ਪਾਸ ਵਾਸਤੇ ਜਿਹਨੂੰ ਕਹਿੰਦੇ ਆ ਮਨੋਰੰਜਨ ਵਾਸਤੇ ਕਿਉਂਕਿ ਉਹਨਾਂ ਦੇ ਮੁਲਕਾਂ ਦੇ ਵਿੱਚ ਜੂਆ ਖੇਡਣਾ ਸ਼ਰਾਬਾਂ ਪੀਣੀਆਂ ਸਾਰਾ ਕੁਛ ਬੈਨ ਆ ਫਿਰ ਉਹ ਉੱਥੋਂ ਇੱਥੇ ਹੁੰਦੇ ਆ ਇਸ ਕੰਮ ਵਾਸਤੇ ਇਸ ਸ਼ਹਿਰ ਨੂੰ ਕਹਿੰਦੇ ਆ ਇੰਗਲਿਸ਼ ਤੇ ਇਸ ਸ਼ਹਿਰ ਨੂੰ ਕਹਿੰਦੇ ਆ ਸਿਨ ਸਿਟੀ ਪਾਪੀ ਸ਼ਹਿਰ ਇਹਨੂੰ ਕਹਿੰਦੇ ਆ ਸਿਨ ਮੈਂ ਹੁੰਦਾ ਪਾਪ ਤੇ ਇਹਨੂੰ ਇਹਨੂੰ ਕਹਿੰਦੇ ਇਹਨੂੰ ਪਾਪਾਂ ਦਾ ਸ਼ਹਿਰ ਵੀ ਕਹਿੰਦੇ ਆ ਸਿਨ ਸਿਟੀ ਆਪਾਂ ਉੱਥੋਂ ਨਹੀਂ ਜਾ ਸਕਦੇ ਸੀਗਾ ਤੇ ਅੱਛਾ ਤੇ ਆਪਾਂ ਇੱਥੇ ਜਾਣਾ ਪਊਗਾ ਓ